ਬੇਅਦਬੀ ਸਣੇ ਡੇਰੇ ਨਾਲ ਜੁੜੇ ਹੋਰਨਾਂ ਮਾਮਲਿਆਂ ਵਿੱਚ ਘਿਰੇ ਅਕਾਲੀ ਦਲ ਨੂੰ ਭੰਡਣ ਦਾ ਮੌਕਾ ਕੋਈ ਵੀ ਲੀਡਰ ਨਹੀਂ ਛੱਡਦਾ। ਜੇਕਰ ਮੌਕਾ ਅਕਾਲੀ ਦਲ ਵਿੱਚ ਲੰਮਾ ਸਮਾਂ ਰਹਿਣ ਤੋਂ ਬਾਅਦ ਦੂਰ ਹੋਏ ਕਿਸੇ ਲੀਡਰ ਨੂੰ ਮਿਲ ਜਾਵੇ ਤਾਂ ਫਿਰ ਗੱਲ ਕੁਝ ਹੋਰ ਹੀ ਹੋ ਜਾਂਦੀ ਹੈ। श्री दरबार साहिब नतमस्तक होने पहुंचे दिल्ली सिख गुरुद्वारा मैनेजमेंट कमेटी के सबका प्रधान मनजीत सिंह जीके ने 267 पावन स्वरूप सने डेरा नाल जुड़े मामलों नूं लै के अकाली दल अते एसजीपीसी खिलाफ जम के पड़ास कढ़ी अते अकाली दल ते गंभीर इल्जाम भी लगाए। जी मैं समझदा कि इस तों वड्डा अनर्थ नहीं हो सकता, इस तों वड्डा अनर्थ नहीं हो सकता कि 267 स्वरूप जिहड़े मिट्टी पा के रखे इन्होंने, मतलब फाइलां दब के रखी, गल ही नहीं की। ਤੁਸੀਂ ਪਹਿਲੇ ਸਰੂਪ ਗਾਇਬ ਹੋ ਜਾਂਦੇ ਨੇ, ਡੇਰੇ ਵਾਲੇ ਜਿਹੜੇ ਨੇ ਉਹ ਸਰੂਪਾਂ ਦੀ ਬੇਦਬੀ ਕਰ ਦਿੰਦੇ। ਇਨਕੁਆਰੀਆਂ 'ਚ ਪਰਿਵਾਰ ਦਾ ਬਾਦਲ ਪਰਿਵਾਰ ਦਾ ਨਾਂ ਆ ਰਿਹਾ, ਡੇਰੇ ਮਾਫੀ ਦੇ ਵਿੱਚ ਬਾਦਲ ਪਰਿਵਾਰ ਤੋਂ ਲੈ ਕੇ ਸਿਰਸਾ ਜਿਹੜਾ ਦਿੱਲੀ ਦਾ ਪ੍ਰਧਾਨ ਹੈ ਮਨਜਿੰਦਰ ਉਹਦਾ ਨਾਂ ਆ ਰਿਹਾ। ਮੈਂ ਸਮਝਦਾ ਵਾਂ ਔਰ ਇਹ 267 ਸਰੂਪ, ਇਹ ਤਕਲੀਫ ਨਹੀਂ ਤੁਹਾਨੂੰ, ਗੁਰੂ ਨੇ ਸਾਡੇ ਪਿਤਾ ਨੇ ਔਰ ਸੁਪਰੀਮ ਕੋਰਟ ਨੇ ਇਹਨਾਂ ਨੂੰ ਲਿਵਿੰਗ ਗੁਰੂ ਦਾ ਦਰਜਾ ਦਿੱਤਾ 307 ਬਣਤੀ। ਤੁਸੀਂ ਕਹਿੰਦੇ ਜੀ ਇਨਕੁਆਇਰੀ ਹੋ ਰਹੀ, ਕੌਣ ਇਨਕੁਆਇਰੀ ਹੋ, ਐੱਫ ਆਈ ਆਰ ਕਰਾਓ ਨਾ, ਇਨਕੁਆਇਰੀ ਤਾਂ ਹੋਏਗੀ, ਤੁਸੀਂ ਕਿਉਂ ਨਹੀਂ ਅੱਜ ਤੱਕ ਐੱਫ ਆਈ ਆਰ ਕਰਾਈ? ਇਹ ਫਿਰ ਉਹੀ ਮਿੱਟੀ ਪਾਣਗੇ ਅੱਗੇ, ਜਿੱਦਾਂ 1984 'ਚ ਬਲੂ ਸਟਾਰ ਦੇ ਜਿਹੜਾ ਸਮਾਨ ਕਹਿੰਦੇ ਸਾਡਾ ਲੈ ਗਏ, ਸਰੂਪ ਲੈ ਗਏ, ਲਿਟਰੇਚਰ ਲੈ ਗਏ। ਮੈਂ ਪੁੱਛਣਾ ਚਾਹੁੰਦਾ, ਸੁਖਬੀਰ ਸਿੰਘ ਬਾਦਲ ਮਿਲੇ ਸੀਗੇ ਜਾ ਕੇ ਹੋਮ ਮਿਨਿਸਟਰ ਨੂੰ ਸਾਰਾ ਡੈਲੀਗੇਸ਼ਨ ਲੈ ਕੇ? ਉਹਨਾਂ ਕਿਹਾ ਜੀ ਅਸੀਂ ਤੁਹਾਨੂੰ ਦੇ ਚੁੱਕੇ, ਸਾਨੂੰ ਲਿਸਟ ਦਿਓ ਕਿਹੜੀ ਚੀਜ਼ ਗਾਇਬ ਹੈ। ਉਹ ਲਿਸਟ ਅੱਜ ਤੱਕ ਨਹੀਂ ਦਿੱਤੀ, ਅੱਜ 1.5 ਸਾਲ ਹੋ ਗਿਆ। ਇਸ ਤੋਂ ਇਲਾਵਾ ਜਿਹੜੇ ਸਮਾਨ ਤੁਹਾਡੇ ਕੋਲ ਵਾਪਸ ਆਇਆ ਉਹ ਤੁਹਾਡੇ ਕੋਲ ਅੰਦਰ ਮੌਜੂਦ ਨਹੀਂ ਹੈ, ਉਹ ਵਿਕ ਗਿਆ ਜਾਂ ਚੋਰੀ ਹੋ ਗਿਆ, ਕਿਹਨੇ ਕੀਤਾ? ਸੋ ਮੈਂ ਸਮਝਦਾ ਇਹ ਬਹੁਤ ਵੱਡੀ ਮਿਲੀ ਭਗਤ ਹੈ ਇਹਨਾਂ ਦੀ, ਇਸ ਚੀਜ਼ ਦਾ ਧਿਆਨ ਰੱਖਣਾ ਪਏਗਾ। ਇਹਦੇ ਖਿਲਾਫ਼ ਰਿਪੋਰਟ ਕਰਾਂਗੇ, ਇਹ ਜਹਾਜ਼ ਛੱਡਦਾ ਪਿਆ, ਜਵਾਬ ਦੇਣੇ ਪੈਣ। ਸਰ ਡੇਰਾ ਮੁਖੀ ਨੂੰ ਜਿਹੜੀ ਪੋਸ਼ਾਕ ਦੇਣ ਦਾ ਇਲਜ਼ਾਮ ਸੁਖਬੀਰ ਬਾਦਲ ਦੇ ਲੱਗਾ, ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਸਮਝਦਾ ਵਾਂ ਕਿ ਇਹ ਤਾਂ ਸਾਰਾ ਕੁਛ ਹੀ ਹੈ। ਜਦ ਇਕਬਾਲ ਸਿੰਘ ਜੀ ਜਿਹੜੇ ਜਥੇਦਾਰ ਨੇ ਪਟਨਾ ਸਾਹਿਬ ਦੇ, ਉਸ ਵੇਲੇ ਉਹਨਾਂ ਨੇ ਆਖਿਆ ਕਿ ਚਿੱਠੀ ਦੇ ਉੱਤੇ ਮਾਫੀ ਦਾ ਵਰਡ ਹੀ ਨਹੀਂ ਸੀ, ਅਕਾਲ ਤਖ਼ਤ ਦੇ ਟਾਈਪਰਾਈਟਰ 'ਤੇ ਚਿੱਠੀ ਟਾਈਪ ਹੋਈ ਸੀ ਅਤੇ ਪੁਸ਼ਾਕ ਤਾਂ ਫਿਰ ਉਹ ਆਪਣੇ ਆਪ ਆ ਗਏ ਕਿ ਜੇ ਚਿੱਠੀ ਆਪ ਹੀ ਕਰ ਸਕਦੇ ਆ, ਮਾਫੀ ਦੇ ਉਹਨੇ ਲਿਖੀ ਨਹੀਂ, ਅਤੇ ਪੁਸ਼ਾਕ ਦੇਣੀ ਕਿਹੜੀ ਵੱਡੀ ਗੱਲ ਸੀ ਕਿ ਜ਼ਰੂਰ ਦਿੱਤੀ ਹੋਏਗੀ ਇਹਨਾਂ ਨੂੰ? ਇਹ ਅਕਾਲ ਤਖ਼ਤ ਵੱਲੋਂ ਇੱਕ ਮੀਟਿੰਗ ਵੀ ਉਹਨਾਂ ਬਣਾਈ ਗਈ, ਜੱਜ ਸਪੈਸ਼ਲ ਲਗਾਇਆ ਗਿਆ ਉਹਨਾਂ, ਈਸ਼ਵਰ ਸਿੰਘ ਜਿਹੜਾ ਸਾਥ ਦਾ, ਉਹ ਗੁਰਨੀਤ ਸਿੰਘ ਦਾ, ਉਹਦੇ ਬਾਰੇ ਕੀ ਕਹਿਣਾ? ਦੇਖੋ ਅਕਾਲ ਤਖ਼ਤ ਸਾਹਿਬ ਨੇ ਜੋ ਐਕਸ਼ਨ ਲਿਆ ਸੀ ਉਸ 'ਤੇ ਬਿਲਕੁਲ ਕਿੰਤੂ ਪੰਤ ਨਹੀਂ ਕਰ ਸਕਦੇ, ਪਰ ਮੈਂ ਸਮਝਦਾ ਇਹਦੇ ਖਿਲਾਫ਼ ਐਸਜੀਪੀਸੀ ਨੂੰ ਥਾਣੇ 'ਚ ਰਿਪੋਰਟ ਦੇਣੀ ਚਾਹੀਦੀ ਸੀ, ਜੋ ਜ਼ਰੂਰੀ ਹੈ। ਨਹੀਂ ਦੇਣਗੇ ਤਾਂ ਅਸੀਂ ਦੇਵਾਂਗੇ, ਕੌਮ ਦੇਗੀ, ਜਿੱਥੇ ਸਿੱਖ ਬੈਠੇ ਨੇ ਉਹ ਦੇਣਗੇ, ਸਾਡੇ ਪਿਤਾ ਸਨ, ਸਾਡੇ ਮਾਲਕ ਸਨ, ਸਾਡੇ ਸਭ ਕੁਝ ਸੀ ਗੁਰੂ ਗ੍ਰੰਥ ਸਾਹਿਬ। ਸਰ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਤੁਹਾਡਾ ਸਾਂਝ ਹੋ ਰਹੀ, ਕੀ ਕਹਿਣਾ ਚਾਹੁੰਦੇ? ਬਿਲਕੁਲ ਉਹਨਾਂ ਦੇ ਨਾਲ ਸਾਡੀ ਸਾਂਝ ਹੈਗੀ ਹੈ, ਅਸੀਂ ਉਹਨਾਂ ਦੀ ਹਰ ਕਿਸਮ ਦੀ ਮਦਦ ਪੰਜਾਬ 'ਚ ਕਰਾਂਗੇ। ਦਿੱਲੀ ਦੀ ਇਲੈਕਸ਼ਨ ਜਿਹੜੀ ਹੈ ਫਰਵਰੀ 2021 ਦੇ ਵਿੱਚ ਆ ਰਹੀ ਹੈ, ਢੀਂਡਸਾ ਸਾਹਿਬ ਉੱਥੇ ਮਦਦ ਕਰਨਗੇ, ਔਰ ਸਭ ਤੋਂ ਪਹਿਲੇ ਅਕਾਲੀ ਦਲ ਦਾ ਅਗਰ ਇਮਤਿਹਾਨ ਹੈ ਤਾਂ ਉਹ ਦਿੱਲੀ 'ਚ ਹੋਏਗਾ। ਦਿੱਲੀ 'ਚੋਂ ਇੱਕ ਵਾਰੀ ਇਹਨਾਂ ਨੂੰ ਵਾਪਸੀ ਭੇਜਾਂਗੇ, ਉਹਦੇ ਬਾਅਦ ਐਸਜੀਪੀਸੀ ਹਾਰਨਗੇ ਅਤੇ ਵੈਸੇ ਹੀ ਤੀਜੇ ਥਾਂ 'ਤੇ ਪਹੁੰਚੇ ਹੋਏ ਨੇ ਵਿਧਾਨ ਸਭਾ ਦੇ ਵਿੱਚ। ਕਾਂਗਰਸ ਜਿਹੜੀ ਨਾਕਾਮ ਹੋ ਰਹੀ ਹੈ ਉਹਦਾ ਫਾਇਦਾ ਵੀ ਅਕਾਲੀ ਨਹੀਂ ਚੁੱਕ ਪਾ ਰਹੇ। ਮੈਂ ਸਮਝਦਾ ਬਦਲੇਗੀ ਲੀਡਰਸ਼ਿਪ, ਨਵਾਂ ਚਿਹਰਾ ਅਕਾਲੀ ਦਲ ਦਾ। ਕਾਫੀ ਦੇਰ ਤੋਂ ਐਸਜੀਪੀਸੀ ਇਲੈਕਸ਼ਨ ਨਹੀਂ ਹੋ ਰਹੀ, ਕੀ ਕਹਿਣਾ ਚਾਹੁੰਦੇ ਹੋ? ਇਹ ਰੁਕਵਾ ਰਹੇ ਨੇ, ਬਾਦਲ ਪਰਿਵਾਰ ਐਸਜੀਪੀਸੀ ਦੀ ਇਲੈਕਸ਼ਨ ਜਾਣ ਕੇ ਰੁਕਵਾ ਰਹੇ ਨੇ ਕਿ ਅਗਰ ਇਲੈਕਸ਼ਨ ਜਿਹੜੀ ਹੈ ਉਹ ਹੋ ਗਈ ਤਾਂ ਇਹਨਾਂ ਦਾ ਭੋਗ ਪੈ ਜਾਏਗਾ। ਮੈਂ ਕਹਿੰਦਾ ਉਸ ਤੋਂ ਪਹਿਲੇ ਭੋਗ ਦਿੱਲੀ ਪਾਵਾਂਗੇ।